ਅੱਜ ਆਪਾਂ ਚੱਲੇ ਸੀਗੇ ਆਪਣੇ ਡੈਵਲ ਦੇ ਟਾਇਰ ਪਾਉਣ। ਪਾਣੀ ਪੂਣੀ ਕੱਢਤਾ ਟਾਇਰਾਂ ਚੋਂ, ਕੱਢੀ ਜਾਂਦੇ ਆ ਬਾਈ ਹੁਣੀ, ਬਾਈ ਜੀ ਟਾਇਰ ਕਰ ਲਿਆ ਆਪਾਂ ਸਿਲੈਕਟ। ਸਤਿ ਸ਼੍ਰੀ ਅਕਾਲ ਮਿੱਤਰੋ, ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹੋਪ ਕਰਦਾ ਸਾਰੇ ਠੀਕ ਠਾਕ ਹੋਵੋਗੇ, ਆਪਾਂ ਜੀ ਪੂਰੇ ਠੀਕ ਹਾਂ। ਅਤੇ ਅੱਜ ਆਪਾਂ ਚੱਲੇ ਸੀਗੇ ਆਪਣੇ ਡੈਵਲ ਦੇ ਟਾਇਰ ਪਾਉਣ। ਪਿਛਲੇ ਵੀ ਪਾਉਣੇ ਆ ਅਤੇ ਆਹ ਵੀ ਪਾਉਣੇ ਆ ਜਿਹੜੇ ਨਾਲ ਓਰਿਜਨਲ ਹੁੰਦੇ ਆ। ਇਹ ਵੀ ਦੇਖਦੇ ਹਾਂ ਕਿਹੜੇ ਪਾਉਣੇ ਆ, ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਪਾਂ ਦੇਖਦੇ ਹਾਂ ਵੀ ਟਾਇਰ ਵੀ ਰੇਡੀਅਲ ਪਵਾਈਏ, ਇੱਕ ਨੋਰਮਲੀ ਪਵਾਈਏ ਐਮ ਆਰ ਐਫ 'ਚ ਜਾਂ ਸੀਟ ਪਵਾਈਏ, ਕਿਹੜਾ ਪਵਾਈਏ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਜਾ ਕੇ। ਚਲੋ ਫਿਰ ਚੱਲਦੇ ਹਾਂ ਮਿੱਤਰੋ। ਚਲੋ ਵੀ ਚੱਲੇ ਸੀਗੇ ਅਤੇ ਤੁਰ ਪਏ ਹਾਂ, ਦਿਖਾਉਂਦੇ ਹਾਂ ਫਿਰ ਉੱਥੋਂ ਤੈਨੂੰ ਜਾ ਕੇ। ਹੈਗੀ ਅੱਧੇ ਘੰਟੇ ਦੀ ਬਾਟ ਆਪਣੀ। ਅਤੇ ਚੱਲੇ ਸੀਗੇ ਦਿਖਾਉਂਦੇ ਹਾਂ ਤੁਹਾਨੂੰ, ਪਹੁੰਚ ਗਏ ਜਲਾਲ ਦੀ ਵਾਲ, ਪਹੁੰਚ ਗਿਆ ਜਲਾਲ ਦੀ ਵਾਲ। ਪਹੁੰਚ ਗਏ ਹਾਂ ਟੋਲ ਟੈਕਸ ਦੇ ਮਹਿਲ ਕਲਾਂ, ਮੈਂ ਪਹੁੰਚਣ ਵਾਲੇ ਹੀ ਹਾਂ। ਅਤੇ ਮੌਸਮ ਵੀ ਖਰਾਬ ਹੋ ਰਿਹਾ, ਮੀਂਹ ਵਾਲਾ ਮੌਸਮ ਆ। ਹਾਂਜੀ ਬਾਈ ਜੀ, ਪਹੁੰਚ ਗਏ ਸੀਗੇ ਮਹਿਲ ਕਲਾਂ ਟਾਇਰਾਂ ਵਾਲੇ ਦੇ ਤਾਰੀ ਦੇ। ਅਤੇ ਦੇਖਦੇ ਹੁਣ ਆਪਾਂ ਕਿਹੜੇ ਪਾਉਣੇ ਆ। ਅਤੇ ਆਹ ਟਾਇਰ ਖੋਲ੍ਹੀ ਕੇ ਪਹਿਲਾਂ ਇਹਨਾਂ 'ਚ ਪਾਣੀ ਪਾਇਆ ਹੋਇਆ ਵਾ, ਦੋ ਦੋ ਕੁਇੰਟਲ, ਜਦੋਂ ਆਲੂ ਬੀਜਦੇ ਸੀ ਨਾ ਤਾਂ ਕਰਕੇ ਪਾਇਆ ਹੋਇਆ ਸੀਗਾ ਵੀ ਸਲਿੱਪ ਨਹੀਂ ਮਾਰਦਾ, ਫਿਰ ਥੋੜ੍ਹਾ ਜਿਹਾ ਦੋ ਦੋ ਕੁਇੰਟਲ ਪਾਣੀ ਦੋਨਾਂ ਸਾਈਡ 'ਤੇ ਪਾਇਆ ਹੋਇਆ ਵਾ। ਅਤੇ ਹੁਣ ਆਪਾਂ ਟਾਇਰ ਦੇਖਦੇ ਹਾਂ ਕਿਹੜੇ ਪਾਉਣੇ ਆ। ਹਰੇਕ ਤਰ੍ਹਾਂ ਦਾ ਟਾਇਰ ਆ ਬਾਈ ਦੇ ਕੋਲ, ਦਿਖਾਉਂਦੇ ਹਾਂ ਤੁਹਾਨੂੰ। ਜੁੜੇ ਰਹੋ ਸਾਡੇ ਨਾਲ ਬਲੌਗ 'ਚ ਐਂਡ ਤੱਕ, ਦੇਖਦੇ ਹਾਂ ਵੀ ਕਿਹੜੇ ਪਾਉਣੇ ਆ, ਰੇਡੀਅਲ ਪਵਾਈਏ ਕਿਹੜੇ ਪਵਾਈਏ। ਟਾਇਰ ਹੀ ਟਾਇਰ ਆ, ਦੇਖੋ ਵੀ ਮੌਸਮ ਵੀ ਕਹਿੰਦੇ ਬੇਈਮਾਨ ਹੋ ਚੱਲਾ। 16 ਦੇ 18 ਦੇ ਆਹ ਐਮ ਆਰ ਐਫ ਲੱਗਦੀ ਹੈ ਗੁੱਡੀ, ਟਾਇਰ ਹੀ ਟਾਇਰ ਪਿਆ, ਟਾਇਰ ਹੀ ਟਾਇਰ, ਟਾਇਰ ਹੀ ਟਾਇਰ ਕਰ ਦਿੰਦੇ ਆਪਾਂ। ਟੂੜੀਆਂ ਹੋ ਗਈਆਂ ਥੱਲੇ ਅਤੇ ਬਾਲ ਬੂਲ ਖੁੱਲ੍ਹ ਕੇ ਕੱਢੀਏ ਪਾਣੀ ਇਹਨਾਂ 'ਚੋਂ, ਪਾਣੀ ਕੱਢਣ ਨੂੰ ਵੀ ਟਾਈਮ ਲੱਗਣਾ। ਇੱਧਰਲੀ ਟੂਟੀ ਵੀ ਹੋ ਗਈ ਥੱਲੇ, ਹਾਂ ਇਹ ਵੀ ਟੂਟੀ ਹੋ ਗਈ ਥੱਲੇ। ਬਾਈ ਹੁਣੀ ਚਾਹ ਚੂ ਲੈ ਕੇ ਆਇਆ ਅਤੇ ਚਾਹ ਪੀਏ ਜਦ ਤੱਕ ਬਾਈ ਹੁਣੀ ਖੋਲ੍ਹਦੇ ਆ। ਆਹ ਦੇਖੋ ਵੀ ਸੈਮੀ ਟਰੈਕਟਰ ਬਾਈ ਹੁਣੀ ਲੈ ਕੇ ਆਏ ਆ, ਕੰਮ ਕਰਾਈ ਜਾਂਦੇ ਆ। 4x4 60 HP ਤੱਕ ਹੈਗਾ ਟਰੈਕਟਰ। ਆ ਟਾਇਰ ਤਾਂ ਮੈਨੂੰ ਡੋਜਨਾ 'ਚ ਚੱਲੇ ਲੱਗਦੇ ਆ, ਟਰੈਕਟਰ ਘੈਂਟ ਆ ਨਾ। ਮੋਹਲ ਟਾਇਰ ਵੀ ਕਾਫੀ ਵੱਡੇ ਆ, ਜੋ ਟਰੈਕਟਰ ਘੈਂਟ ਆ ਨਾ, ਸ਼ਕਤੀ ਪਲੱਸ ਦੇ ਟਾਇਰ ਲੱਗੇ ਆ, ਡੋਜਨਾ ਚੱਲੇ ਹੋਏ ਟਾਇਰ ਆ, ਬਹੁਤ ਸਿਰਾ ਵਾ। ਆਹ ਹੈਗਾ ਵਾ ਟਾਇਰ, ਨਿੱਕੇ ਟਾਇਰ, ਇਹ 15 ਨੰਬਰ ਟਾਇਰ ਆ। ਪਾਉਣ ਨੂੰ ਤਾਂ 15 ਨੰਬਰ ਹੀ ਪਾ ਲਈਏ, ਪਰ 15 ਨੰਬਰ ਆਲੂਆਂ ਨੂੰ ਠੀਕ ਰਹਿਣਾ। ਆਪਾਂ ਰੇਡੀਅਲ ਦੇਖਦੇ ਹਾਂ 14 'ਚ, ਉਹ 15 ਜਿੰਨਾ ਹੀ ਹੋ ਜਾਣਾ, ਹਾਰ ਲਿਆ ਇਸਦਾ ਵਾ। ਇਹ ਵੀ ਟਾਇਰ ਦਾ ਲੁੱਕ ਘੈਂਟ ਆ, ਟਾਇਰ ਦੀ 14 ਨੰਬਰ ਟਾਇਰ ਘੈਂਟ ਆ ਗੁੱਡੀ, ਹੈ ਨਾ ਜੋਧੇ ਦੀ ਵੀ ਗੁੱਡੀਅਰ ਘਰ ਲੈਂਸ। ਚੱਲ ਦੇਖ ਲਈਏ ਪਹਿਲਾਂ ਗੁੱਡੀਅਰ ਵੀ ਦੇਖ ਲਈਏ, ਪੀ ਜਾਂਦੇ ਚਾਹ ਚੂ। ਹਾਂ ਗੁੱਡ, ਬੀ ਕੇ ਟੀ ਹੈਗਾ ਵੀਰੇ, ਸੀਟ ਦਿਖਾ ਦੇ ਚੱਲ, ਨਹੀਂ ਖੜ ਜਾ ਬਰਾਬਰ ਧਰ ਕੇ ਦੇਖਦੇ ਹਾਂ। ਪਾਣੀ ਪੂਣੀ ਕੱਢਤਾ ਟਾਇਰਾਂ ਚੋਂ, ਕੱਢੀ ਜਾਂਦੇ ਆ ਬਾਈ ਹੁਣੀ, ਪਾਣੀ ਨਿਕਲ ਗਿਆ ਤੇ ਟਾਇਰ ਕਰਦੇ ਆ ਸਿਲੈਕਟ, ਚੱਕੜੀ ਚੱਕੜ ਕਰਤਾ, ਇੱਧਰੋਂ ਚੋਂ ਨਿਕਲ ਗਿਆ ਇੱਧਰੋਂ ਚੋਂ ਨਿਕਲ ਗਿਆ। ਲਾਈ ਜਾਂਦੇ ਬਾਈ ਹੁਣੀ ਜਿੱਕ ਜੁੱਕ, ਇਹ ਜਦੋਂ ਹੋ ਗਿਆ ਵੀਰੇ ਖਾਲੀ ਇਹ। ਓਕੇ ਜੀ, ਆਪਾਂ ਦੇਖਦੇ ਸੀਗੇ ਟਾਇਰ, ਆਹ ਗੁੜੀਅਰ ਦੇ ਆ ਟਾਇਰ ਰੇਡੀਅਲ, 16x16x9x30 ਆ, 16x9x30 ਆ ਇਹ ਕੰਪੈਨ ਵਾਲੇ ਆ। ਇਹ ਵੀ ਟਾਇਰ ਤਾਂ ਘੈਂਟ ਆ, ਇਹ ਦੇਖੋ ਮੂਹਰਲੇ ਟਾਇਰ ਵੀ ਘੈਂਟ ਪਾਏ ਹੋਏ ਆ, ਸਪਿੰਨਰ ਵਗੈਰਾ ਲਾਏ ਹੋਏ ਆ, ਘੁੰਮ ਲੱਗ ਗਿਆ ਸਪਿੰਨਰ। ਲਓ ਵੀ ਬਾਈ ਜੀ ਟਾਇਰ ਕਰ ਲਿਆ ਆਪਾਂ ਸਿਲੈਕਟ, ਟਾਇਰ ਆਪਾਂ ਸਿਲੈਕਟ ਕੀਤੇ ਆ ਗੁੜੀਅਰ ਦੇ, ਗੁੜੀਅਰ ਦੇ 14x14 ਨੰਬਰ ਜੀ, ਵੀ ਲੁੱਕ ਘੈਂਟ ਆ ਜੋ, ਠੀਕ ਆ ਫਿਰ 14 ਨੰਬਰ ਓਕੇ ਆ। ਅਤੇ ਪਾਉਣ ਨੂੰ ਤਾਂ ਵੀਰੇ ਆਪਾਂ ਟਾਇਰ ਵੀ ਪਵਾ ਲੈਂਦੇ ਅਲਾਇੰਸ ਦਾ, ਇਹ ਟਾਇਰ ਜ਼ਿਆਦਾ ਚੌੜਾ ਸੀਗਾ, ਜੇ ਆਪਾਂ ਇਹ ਟਾਇਰ ਪਾਉਂਦੇ ਆਲੂ ਪੱਟਣ 'ਤੇ ਬੀਜਣ 'ਚ ਦਿੱਕਤ ਆਉਣੀ ਸੀ, ਫਿਰ ਵੱਟ ਵਾਲੀ ਦੱਬਦਾ ਵਾ।
ਤਾਂ ਕਰਕੇ ਆਪਾਂ ਸੀਟ ਤਾਂ ਥੋੜਾ ਜਿਹਾ ਘੱਟ ਸੀ। ਇਹਦਾ 16 ਅਰਗਾ ਹੀ ਆ, 16 ਅਰਗੇ ਹੋਇਆ ਪਿਆ ਵਾ। ਤੇ ਆਪਾਂ ਪਾਇਆ ਗੁਡੀਅਰ, ਗੁਡੀਅਰ ਇਹਦੇ ਨਾਲੋਂ 1 ਇੰਚ ਚੌੜਾ ਘੱਟ ਆ, ਤੇ ਇਹਦੀ ਗੁੱਡੀ ਸਪੇਸ ਘੱਟ ਆ, ਤੇ ਉਹਦੀ ਗੁੱਡੀ ਵੀ ਥੋੜੀ ਚੌੜੀ ਆ, ਮਤਲਬ ਉਹ ਸਲਿੱਪ ਟ੍ਰੈਕਟਰ ਘੱਟ ਮਾਰੂਗਾ। ਠੀਕ ਆ ਜੋਤ, ਸੈੱਟ ਆ ਕੰਮ, ਦਿਖਾਉਂਦੇ ਹਾਂ ਤੁਹਾਨੂੰ ਟਾਇਰਾਂ ਦੀ ਬਾਈ ਹੁਣੀ ਕਰੀ ਜਾਂਦਾ ਫਿਟਿੰਗ ਫੁਟਿੰਗ। ਇੱਕ ਟਾਇਰ ਹੋ ਗਿਆ ਫਿੱਟ, ਹਵਾ ਹਵਾ ਭਰੀ ਜਾਂਦੇ ਆ ਬਾਈ ਹੁਣੀ, ਤੇ ਦੂਜਾ ਵੀ ਕਰਦੇ ਆ, ਫਿਰ ਤੁਹਾਨੂੰ ਦਿਖਾਉਂਦੇ ਹਾਂ ਲੁੱਕ ਟ੍ਰੈਕਟਰ ਦੀ। ਦੱਸਿਓ ਫਿਰ ਕਮੈਂਟਾਂ 'ਚ ਕਿਵੇਂ ਲੱਗਦਾ ਆਪਣਾ ਡੈਵਲ। ਚੱਲੀਏ ਫਿਰ, ਟਾਈਮ ਵੀ ਬਹੁਤ ਹੋ ਗਿਆ, ਮੀਂਹ ਤੋਂ ਪਹਿਲਾਂ ਨਿਕਲ ਜਾਈਏ ਤਾਂ ਜ਼ਿਆਦਾ ਵਧੀਆ। ਟ੍ਰੈਕਟਰ ਲਾ ਲਈਏ ਘੁਮਾ ਕੇ, ਇੱਧਰ ਬਾਈ ਕਹਿੰਦਾ ਗਿੱਲਾ ਵੱਧ ਸੀ, ਕਦੇ ਘੁਮਾ ਕੇ ਲਾ ਲਈਏ। ਇੱਕ ਟਾਇਰ ਹੋ ਗਿਆ ਫਿੱਟ ਅਤੇ ਇੱਕ ਰਹਿ ਗਿਆ, ਇੱਕ ਵੀ ਕਰਦੇ ਆ ਬਾਈ ਹੁਣੀ, ਲਾ ਲਈਏ ਘੁਮਾ ਕੇ। ਟ੍ਰੈਕਟਰ ਦੇਖੋ ਹੁਣ ਇੱਕ ਟਾਇਰ ਪਾਇਆ ਹੋਇਆ, ਇੱਕ ਨਹੀਂ ਪਾਇਆ ਹੋਇਆ, ਇੱਕ ਪਾਸੇ ਉੱਚਾ ਲੱਗਦਾ, ਇੱਕ ਪਾਸੇ ਨੀਵਾਂ ਲੱਗਦਾ, ਦੇਖੋ ਦੇਖਣ ਨੂੰ ਹੀ ਪਤਾ ਲੱਗਦਾ ਵਾ ਬਹੁਤ ਫਰਕ ਆ। ਤੇ ਆਪਾਂ ਪੁੱਛਦੇ ਹਾਂ ਬਾਈ ਨੂੰ ਕਿੱਥੇ ਆ ਦੁਕਾਨ, ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਐਡਰੈਸ, ਤੇ ਦੱਸਿਓ ਬਾਈ ਕੀ ਨਾਮ ਆ ਦੁਕਾਨ ਦਾ ਤੇ ਕਿੱਥੇ। ਗੁਰੂ ਨਾਨਕ ਟਾਇਰ ਹਾਊਸ ਮਹਿਲਕਲਾਂ, ਬਰਨਾਲਾ ਰੋਡ, ਐਰਪੋਰਟ ਰੋਡ ਦੇ ਉੱਪਰ। ਤੇ ਮੋਬਾਈਲ ਨੰਬਰ ਵੀ ਬੋਲ ਦਿਓ, 98-152-63-228। ਠੀਕ ਆ ਬਾਈ, ਮਹਿਲਕਲਾਂ ਹੈਗਾ 94-174-39-106, ਇਹ ਆ ਮੋਬਾਈਲ ਨੰਬਰ। ਨਵੇਂ ਪੁਰਾਣੇ ਟਾਇਰ ਸਾਰੇ ਆਪਣੇ ਕੋਲ ਮਿਲਦੇ ਨੇ, ਬਹੁਤ ਘੈਂਟ ਕੰਮ ਆ ਬਾਈਆਂ ਦਾ, ਟਾਇਰ ਟੂਰ ਹਰੇਕ ਤਰ੍ਹਾਂ ਦਾ, ਮੋਟਰਸਾਈਕਲ ਦਾ, ਗੱਡੀ ਦਾ, ਕੋਈ ਵੀ ਟਾਇਰ ਲੈ ਲਓ, ਕੁਆਲਿਟੀ ਬਹੁਤ ਘੈਂਟ ਆ। ਤੇ ਆਹ ਦੇਖ ਲਓ ਨੰਬਰ, ਜਦੋਂ ਆਪਾਂ ਰੈਕੋਟ ਤੋਂ ਆਉਂਦੇ ਹਾਂ ਬਰਨਾਲੇ ਨੂੰ ਜਾਂਦੇ ਹਾਂ, ਅਤੇ ਮਹਿਲਕਲਾਂ ਐਂਟਰ ਹੋਣ ਸਾਰ ਹੀ ਇੰਡੀਅਨ ਆਇਲ ਪੈਟਰੋਲ ਪੰਪ ਲੰਘ ਕੇ ਰੈਕੋਟ ਵਾਲੀ, ਰੈਕੋਟ ਵਾਲੀ ਸਾਈਡ ਜੋ ਰੈਕੋਟ ਤੋਂ ਆਉਂਦੇ ਉਹ ਸਾਈਡ ਹੀ ਗੁਰੂ ਨਾਨਕ ਟਾਇਰ ਹਾਊਸ। ਅਤੇ ਜਿਹੜੇ ਮੇਰੇ ਵੀਰ ਨੇ ਪਾਉਣੇ ਆ ਨੰਬਰ, ਤੁਹਾਨੂੰ ਦੱਸ ਦਿੱਤਾ ਬਾਈ ਨੇ, ਅਤੇ ਇੱਕ ਟਾਇਰ ਰਹਿ ਗਿਆ ਅਤੇ ਕਰੀ ਜਾਂਦੇ ਹਾਂ ਫਿੱਟ। ਆਈ ਮੁੰਡਿਓ ਸੈੱਟ ਆ ਕੰਮ, ਅਤੇ ਬਾਈ ਜੀ ਮੂਹਰਲੇ ਟਾਇਰ ਵੀ ਆਪਾਂ ਸਿਲੈਕਟ ਕਰਦੇ ਸੀਗੇ, ਅਤੇ ਆਹ ਟਾਇਰ ਆ ਇੱਕ ਸੈਂਪਲ, ਆਹ ਟਾਇਰ ਜਿਹੜਾ ਨੋਰਮਲ ਆਉਂਦਾ ਵਾ, ਇਹਦੇ ਨਾਲ ਟ੍ਰੈਕਟਰ ਮਤਲਬ ਥੋੜ੍ਹਾ ਔਖਾ ਮੁੜੂ, ਇਹਦੇ ਨਾਲ ਸੌਖਾ ਮੁੜੂਗਾ ਟਾਇਰ, ਅਤੇ ਇਹਨਾਂ ਨਾਲ ਤਾਂ ਮੁੜੂਗਾ ਹੀ ਸੌਖਾ। ਇਹ ਰੇਡੀਅਲ ਆ, ਜਿਵੇਂ ਆਪਾਂ ਪਿੱਛੇ ਰੇਡੀਅਲ ਪਾਏ ਆ, ਮੂਹਰੇ ਵੀ ਰੇਡੀਅਲ ਪਾਉਣੇ, ਇਹਦੇ ਨਾਲ ਟ੍ਰੈਕਟਰ ਸੌਖਾ ਮੁੜੂਗਾ। ਅਤੇ ਵੀ ਐਵੇਂ ਵੀ ਜੇ ਆਪਾਂ ਇਹ ਪਾਵਾਂਗੇ, ਇੱਕ ਅਲਾਇੰਸ ਦਾ ਵਾ, ਇੱਕ ਸੀਟ ਦਾ ਵਾ, ਵੀ ਇਹਦੇ ਨਾਲ ਟ੍ਰੈਕਟਰ ਲੈਵਲ ਜਿਹਾ ਬਣ ਜੂ ਟ੍ਰੈਕਟਰ ਦਾ, ਜਦੋਂ ਆਪਾਂ ਕੰਮ ਨੂੰ ਆਹ ਟਾਇਰ ਪਾਉਣੇ ਆ। ਵੀ ਜੇ ਆਹ ਪਾਉਂਦੇ ਹਾਂ ਤਾਂ ਟ੍ਰੈਕਟਰ ਮੂਹਰੋਂ ਨੀਵਾਂ ਰਹੂਗਾ, ਆਹ ਪਾਵਾਂਗੇ ਤਾਂ ਟ੍ਰੈਕਟਰ ਲੈਵਲ ਦਾ ਰਹੂਗਾ, ਇੱਕ ਮਤਲਬ ਮੂਹਰੋਂ ਨੀਵਾਂ ਨਹੀਂ ਲੱਗੂਗਾ। ਅਤੇ ਹੁਣ ਅਸੀਂ ਆਹ ਟਾਇਰ ਸਿਲੈਕਟ ਕੀਤੇ ਅਲਾਇੰਸ ਦੇ ਮੂਹਰਲੇ। ਠੀਕ ਆ ਜੀ, ਕਿਵੇਂ ਲੱਗਦਾ ਦੱਸੋ, ਇਹ ਟਾਇਰ ਠੀਕ ਠਾਕ, 750-16 ਨੰਬਰ ਆ ਇਹ, ਘੈਂਟ ਲੱਗਣਗੇ, ਇਹੀ ਪਾਉਂਦੇ ਹਾਂ ਫਿਰ ਆਪਾਂ। ਅਤੇ ਮਗਰਲਿਆਂ ਦੀ ਫਿਟਿੰਗ ਹੋ ਜਾਂਦੀ, ਮਗਰਲਿਆਂ ਤੋਂ ਬਾਅਦ ਕਰਦੇ ਹਾਂ ਮੂਹਰਲਿਆਂ ਦੀ ਫਿਟਿੰਗ, ਅਤੇ ਫਿਰ ਆਪਾਂ ਚੱਲਦੇ ਹਾਂ ਪਿੰਡ ਨੂੰ। ਮੂਹਰਲੇ ਵੀ ਬਾਈ ਖੁੱਲ੍ਹੀ ਜਾਂਦਾ ਵਾ, ਮੂਹਰਲੇ ਵੀ ਕਰਦੀ ਫਿੱਟ, ਨਾਲ ਦੀ ਨਾਲ ਮੂਹਰਲਿਆਂ ਦਾ ਵੀ ਹੋਈ ਜਾਂਦਾ ਕੰਮ, ਮਗਰਲੇ ਦਾ ਹੋ ਗਏ ਬਸ, ਹਵਾ ਭਰੀ ਜਾਂਦੇ ਆ। ਅਤੇ ਮੂਹਰਲੇ ਖੋਲ ਕੇ ਕਰਾਈਏ ਫਿੱਟ ਟਾਇਰ ਦੀ ਫਿਟਿੰਗ, ਕਰ ਦਈਏ ਮਸ਼ੀਨ 'ਤੇ ਹੀ ਚੜਾਈ ਜਾਂਦਾ ਬਾਈ ਹੁਣੀ ਟਾਇਰ। ਇੱਕ ਟਾਇਰ ਰੈਡੀ ਹੋ ਗਿਆ, ਆਹ ਟਾਇਰ ਦੀ ਹੋ ਜਾਂਦੀ ਫਿਟਿੰਗ, ਹੁੱਡ ਪਾ ਕੇ ਨਹੀਂ ਬੰਦਾ ਘੈਂਟ ਆ ਬਾਈ, ਕੰਮ ਵੀ ਘੈਂਟ ਕਰਦਾ। ਆਪਣਾ ਇੱਕ ਟਾਇਰ ਫਿੱਟ ਹੋ ਗਿਆ, ਅਤੇ ਇੱਕ ਕਰੀ ਜਾਂਦਾ ਬਾਈ, ਆਹ ਵੀ ਟਾਇਰ ਹੋ ਗਏ ਪਿਛਲੇ ਡਨ, ਹਵਾ ਹਵਾ ਭਰ ਕੇ ਬਾਈ ਨੇ ਘਟਾ ਕੇ ਚੈੱਕ ਕਰ ਲਿਆ ਵੀ ਕਿਤੋਂ ਫੁੱਲਦਾ ਫੁੱਲਦਾ ਤਾਂ ਨਹੀਂ। ਅਤੇ ਹੁਣ ਆਹ ਟਾਇਰ ਪਾਵਾਂਗੇ ਆਪਾਂ, ਇੱਕ ਅੱਧੇ ਦਿਨ ਤੱਕ ਪਾਉਂਦੇ ਹਾਂ, ਆਲੂ ਪੱਟਣੇ ਆ, ਫਿਰ ਆਹ ਟਾਇਰਾਂ ਨਾਲ ਪੱਟੇ ਜਾਣਗੇ। ਆਹ ਟਾਇਰ ਆਲੂ ਪੱਟਣ ਨੂੰ ਤੁਹਾਨੂੰ ਪਤਾ ਬਾਈ ਲੋਟ ਨਹੀਂ ਆਉਣੀ, ਅਤੇ ਆਹ ਟਾਇਰ ਚੜਾਉਂਦੇ ਹਾਂ ਫਿਰ ਆਲੂ ਪੱਟਣ ਨੂੰ। ਹਾਂਜੀ ਬਾਈ ਜੀ, ਟਾਇਰ ਆਪਾਂ ਟੰਗ ਲਿਆ ਪਿਛਲੇ, ਅਤੇ ਹੋ ਗਏ ਡਨ ਆਪਣਾ ਕੰਮ, ਚੱਲੀਏ ਹੁਣ ਆਪਾਂ ਲਾਈਟਾਂ ਲੂਟਾਂ ਜਗਾਉਣਾ, ਚੱਲੀਏ ਫਿਰ, ਚੱਲੀਏ ਰਜੋਤ। ਹਾਂਜੀ ਤੁਰ ਪਏ ਸੀਗੇ ਟਾਇਰ ਟੂਰ ਪਵਾ ਕੇ, ਅਤੇ ਚੱਲੀਏ ਹੁਣ ਆਪਾਂ ਪਿੰਡ, ਟਾਈਮ ਦੇ ਨਾਲ ਹੀ ਪਹੁੰਚ ਗਏ, ਅਤੇ ਹੋਰ ਵੀ ਕੰਮ ਕਰਨੇ ਆ, ਫਿਰ ਦੇਖਦੇ ਹਾਂ ਜੋ ਤਾਂ ਅੱਜ ਹੀ ਟਾਇਰ ਬਦਲ ਦਿੰਦੇ ਹਾਂ, ਦੂਜੇ ਲਾ ਦਿੰਦੇ ਹਾਂ ਫਿਰ ਆਲੂ ਪੱਟਣੇ ਇੱਕ ਅੱਧੇ ਦਿਨ ਤੱਕ। ਪਹੁੰਚ ਗਏ ਟੋਲ ਟੈਕਸ 'ਤੇ, ਉੱਧਰ ਭੀੜ ਜ਼ਿਆਦਾ ਸੀਗੀ, ਇੱਧਰ ਹੀ ਖੜਾ ਲਿਆ।
चलते फिर। हाँ जी बाई जी आ रहे जी, तो भुख भी लगे, टाइम भी एक बज गया, सवेर का कुछ खादा नहीं, कल चाय पीती हुई थी, तो मुंडे कहने को खाना वा भी भुख लगे, मैं चलो फिर परौंठा परूंठा खा लेने ढाबे या रोटी खा लेने, देखते हैं बाइया को भुख बहुत लगी हुई है। तो दिखाने थोड़ा ट्रैक्टर की लुक उतर के मूहरों तो पिछों भी ट्रैक्टर का लैवल देखते भी लैवल बने इन्होंने टायरों का बनता कि किमें बनता, देखो भी ट्रैक्टर घेंट लगते टायर पूरे गुड ईयर हुई पई आ, देखो ट्रैक्टर पिछों टायर घेंट लगते हैं, क्वालिटी बहुत वधिया टायर की, गुड्डी बहुत वधिया वा। तो चलो हम फिर कुछ खा लीए तो फिर चलीए, परौंठे आ गए तो परौंठे खा के आप चलते हैं। चाह भी लिया दी वीरे, चाह भी लिया दे करा, खाओ भी मुंडे फिर छेती चलीए। ट्रैक्टर ला दिए अंदर, उत्थे जगह हैगी उत्थे लग जाना वा, नाट गारा भी इत्थे खड़ा, चोबर भी इत्थे खड़ा, इहनू भी इत्थे ला दिंदे आ फिलहाल। ते हो गया सैट, वाह ठीक आ, लो जी आ टायर आपां नूं पै गए 55,000 दे, ते आपां नूं मूरले टायर पै गए 12,000 दे अलायंस दे, ते देखो टायर ट्रैक्टर लाता अंदर, ते जिन्हों जिन्हों वीडियो वधिया लगी लाइक शेयर कमेंट जरूर करियो, ते जिहड़े जिहड़े मेरे भरावां ने हाले तक चैनल नूं सबसक्राइब नहीं कीता चैनल नूं कर लो सबसक्राइब, लाइक शेयर एंड कमेंट करना ना भुल्लिओ। चलो ठीक है मित्रों, मिलते हैं एक होर नए ब्लॉग के, सत श्री अकाल।